ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਰਾਬ ਪੀ ਕੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਟਿੱਪਣੀ ਕਰਦਿਆਂ ਆਪ ਦੇ ਸਾਬਕਾ ਆਗੂ ਅਤੇ ਮੌਜੂਦਾ ਸਮੇਂ ਵਿੱਚ ਸਵਰਾਜ ਲਹਿਰ ਦੇ ਸੰਯੋਜਕ ਯੋਗੇਂਦਰ ਯਾਦਵ ਨੇ ਮਾਨ ਨੂੰ ਇਸ ਆਦਤ ਦਾ ਸ਼ਿਕਾਰ ਦੱਸਿਆ। ਇੱਕ ਪਾਰਟੀ ਇਸ ਤਰ੍ਹਾਂ ਦਾ ਸਫੈਦ ਝੂਠ ਕਿਸ ਤਰ੍ਹਾਂ ਬੋਲ ਸਕਦੀ ਹੈ? ਟੈਲੀਵਿਜ਼ਨ 'ਤੇ ਸੁੱਚਾ ਸਿੰਘ ਛੋਟੇਪੁਰ ਬੋਲ ਰਹੇ, ਬਿਲਕੁਲ ਕਲੀਅਰਲੀ ਬੋਲ ਰਹੇ ਹੈ, ਸਰਬਤ ਖਾਲਸਾ ਮੇਂ ਜੋ ਮਤੇ ਪਾਸ ਹੋਏ ਉਸਮੇਂ ਕੋਈ ਵੀ ਓਬਜੈਕਸ਼ਨੇਬਲ ਬਾਤ ਨਹੀਂ ਹੈ, ਕੋਈ ਵੀ ਕਿੰਤੂ ਪਰੰਤੂ, ਕੋਈ ਗਲਤ ਬਾਤ ਨਹੀਂ ਹੈ। ਔਰ ਅਗਲੇ ਦਿਨ ਕਹਿ ਰਹੇ ਨਹੀਂ ਜੀ, ਹਮ ਖਾਲਿਸਤਾਨ ਕੇ ਹੱਕ ਮੇਂ ਨਹੀਂ ਹੈ। ਸਵਾਲ ਇਹ ਹੈ ਕਿ ਅਗਰ ਵੋ ਮਤੇ ਸਹੀ ਥੇ ਤੋ ਉਸ ਮਤੋਂ ਮੇਂ ਜੋ ਲਿਖਾ ਹੁਆ ਹੈ, ਕਿਆ ਆਮ ਆਦਮੀ ਪਾਰਟੀ ਉਸਕੇ ਹੱਕ ਮੇਂ ਹੈ? ਔਰ ਅਗਰ ਸੁੱਚਾ ਸਿੰਘ ਛੋਟੇਪੁਰ ਇਸਕਾ ਜਵਾਬ ਨਹੀਂ ਦੇ ਸਕਤੇ ਤੋ ਅਰਵਿੰਦ ਕੇਜਰੀਵਾਲ ਕੋ ਦੇਣਾ ਚਾਹੀਏ। ਪੰਜਾਬ ਕੀ ਜਨਤਾ ਕੋ ਹੱਕ ਹੈ ਇਹ ਜਾਣਨੇ ਕਾ ਕਿ ਇਹ ਆਮ ਆਦਮੀ ਪਾਰਟੀ ਜੋ ਸਰਬਤ ਖਾਲਸਾ ਮੇਂ ਰੈਜ਼ੋਲਿਊਸ਼ਨ ਪਾਸ ਹੋਏ ਉਸਕੇ ਹੱਕ ਮੇਂ ਹੈ ਕਿ ਨਹੀਂ ਹੈ। ਜਬ ਭਗਵੰਤ ਮਾਨ ਕੇ ਸ਼ਰਾਬ ਵਾਲਾ ਕਿੱਸਾ ਆਇਆ ਅਖਬਾਰੋਂ ਮੇਂ, ਤੋ ਮੈਨੇ ਲਿਖਾ ਥਾ, ਉਸ ਵਕਤ ਮੈਨੇ ਪਬਲਿਕ ਮੇਂ ਬੋਲਾ ਕਿ ਇਹ ਕੋਈ ਨਈ ਬਾਤ ਨਹੀਂ ਹੈ, ਉਨਕੇ ਬਾਰੇ ਮੇਂ ਐਸੀ ਰਿਪੋਰਟ ਪਹਿਲੇ ਵੀ ਆਈ ਥੀ, ਅਰਵਿੰਦ ਕੇਜਰੀਵਾਲ ਕੇ ਸਾਹਮਣੇ ਆਈ ਥੀ, ਯਹਾਂ ਤੱਕ ਕਿ ਸ਼ਿਕਾਇਤ ਆਈ ਥੀ ਕਿ ਵੋ ਤੋ ਪਾਰਲੀਮੈਂਟ ਕੇ ਅੰਦਰ ਦਾਰੂ ਪੀ ਕੇ ਜਾ ਰਹੇ ਹੈਂ, ਇਹ ਸਭ ਸ਼ਿਕਾਇਤੇਂ ਮੇਰੇ ਸਾਹਮਣੇ ਰਿਪੋਰਟ ਹੋਈ ਥੀ। ਅਰਵਿੰਦ ਕੇਜਰੀਵਾਲ ਨੇ ਕਹਾ ਥਾ ਕਿ ਇਹ ਤੋ ਬੜੀ ਗਲਤ ਬਾਤ ਹੈ, ਮੈਂ ਸਖਤ ਕਾਰਵਾਈ ਕਰੂੰਗਾ, ਮੈਨੇ ਚੈੱਕ ਕਰਵਾ ਲਿਆ, ਬਿਲਕੁਲ ਦੋਸ਼ੀ ਹੈ, ਵੋ ਇਹ ਕਰਤੇ ਹੈ, ਔਰ ਮੈਂ ਸਖਤ ਕਾਰਵਾਈ ਕਰੂੰਗਾ। ਕਾਰਵਾਈ ਇਹ ਹੋਈ ਕਿ ਅਬ ਵੋ ਪੰਜਾਬ ਕੇ ਲੀਡ ਕੈਂਪੇਨਰ ਬਣ ਗਏ ਹੈਂ। ਤੋ ਅਫਸੋਸ ਕੀ ਬਾਤ ਇਹ ਹੈ ਕਿ ਇਨ ਸਭ ਚੀਜ਼ੋਂ ਸੇ ਆਮ ਆਦਮੀ ਪਾਰਟੀ ਔਰ ਦੂਸਰੀ ਪਾਰਟੀਓਂ ਮੇਂ ਜੋ ਫਰਕ ਹੈ ਵੋ ਲੋਕੋਂ ਕੋ ਦਿਖਾਈ ਨਹੀਂ ਦੇਤਾ।